ਪ੍ਰੋਗਰਾਮ ਟੌਰ ਪੰਜਾਬੀ ਦੇ ਵਿੱਚ ਅੱਜ ਅਸੀਂ ਦੁਗਾਣਾ ਗਾਇਕੀ ਦੇ ਉਸ ਥੰਮ ਫਨਕਾਰ ਦੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਜਿਨ੍ਹਾਂ ਨੇ ਘੱਟੋ ਘੱਟ ਕੋਈ 4-4.5 ਦਹਾਕੇ ਤੁਹਾਡੇ ਦਿਲਾਂ ਦੇ ਉੱਤੇ ਰਾਜ ਕੀਤਾ ਅਤੇ ਇੰਨੇ ਮਿਆਰੀ ਕਿਸਮ ਦੇ ਗੀਤ ਗਾਏ ਜੋ ਕਿ ਪੰਜਾਬੀ ਕਲਚਰ ਦੇ ਨਾਲ ਸਹੀ ਮਾਇਨੇ ਦੇ ਵਿੱਚ ਮੇਲ ਖਾਂਦੇ ਸਨ ਔਰ ਪੰਜਾਬ ਦੇ ਪਿੰਡਾਂ ਦੀ ਗੱਲ ਕੀਤੀ, ਪੰਜਾਬ ਦੇ ਖੇਤਾਂ ਦੀ ਗੱਲ ਕੀਤੀ, ਖੂਹਾਂ ਟੋਭਿਆਂ ਦੀ ਗੱਲ ਕੀਤੀ, ਮੋੜਾਂ ਦੀ ਗੱਲ ਕੀਤੀ ਆਪਣੇ ਗੀਤਾਂ ਦੇ ਵਿੱਚ। ਸੋ ਮੇਰੀ ਮੁਰਾਦ ਹੈ ਕਰਤਾਰ ਰਮਲਾ ਜੀ ਹੁਣਾਂ ਤੋਂ, ਅੱਜ ਉਹ ਰੁਝੇਵਿਆਂ ਭਰੀ ਜ਼ਿੰਦਗੀ ਦੇ ਵਿੱਚੋਂ ਕੀਮਤੀ ਸਮਾਂ ਕੱਢ ਕੇ ਸਾਡੇ ਪ੍ਰੋਗਰਾਮ ਦੇ ਵਿੱਚ ਆਏ ਨੇ। ਸੋ ਰਮਲਾ ਜੀ, ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਦਿਲ ਦੀਆਂ ਗਹਿਰਾਈਆਂ ਤੋਂ। ਬਹੁਤ ਬਹੁਤ ਮਿਹਰਬਾਨੀ, ਧੰਨਵਾਦ ਜੀ ਤੁਹਾਡਾ ਨਿੱਜਰ ਸਾਹਿਬ, ਜਿਨ੍ਹਾਂ ਨੇ ਸਾਨੂੰ ਇਹਨਾਂ ਸਰੋਤਿਆਂ ਦੇ ਨਾਲ ਸਨਮੁੱਖ ਕਰਾਉਣ ਦੀ ਕੋਸ਼ਿਸ਼ ਕੀਤੀ ਹੈ, ਬੜੀ ਮਿਹਰਬਾਨੀ ਤੁਹਾਡੀ। ਰਮਲਾ ਸਾਹਿਬ, ਕਿਉਂਕਿ ਕੁਝ ਕੁ ਵਰੇ ਪਹਿਲਾਂ ਵੀ ਆਪਾਂ ਇਸੇ ਤਰ੍ਹਾਂ ਹੀ ਗੱਲਬਾਤ ਕੀ ਸੀ ਇਸੇ ਪ੍ਰੋਗਰਾਮ ਦੇ ਵਿੱਚ, ਸੋ ਥੋੜ੍ਹੀਆਂ ਗੱਲਾਂ ਫਿਰ ਦੁਹਰਾਉਣ ਵਾਲੀਆਂ ਬਣਦੀਆਂ, ਕਿਉਂਕਿ ਜਿਹੜੀ ਨਵੀਂ ਪਨੀਰੀ ਆ, ਹਾਂਜੀ ਹਾਂਜੀ, ਸ਼ਾਇਦ ਉਹ ਤੁਹਾਡੇ ਮਤਲਬ ਬਹੁਤ ਸਾਰੇ ਗੀਤਾਂ ਤੋਂ ਨਾ ਵੱਖ ਹੋਵੇ, ਥੋੜ੍ਹੇ ਬਹੁਤੇ ਗੀਤ ਜਿਹੜੇ ਬਹੁਤ ਜ਼ਿਆਦਾ ਪ੍ਰਚਲਿਤ ਹੋਏ ਜਾਂ ਰੀਮਿਕਸ ਹੋਏ ਜੀ, ਉਹਨਾਂ ਤੋਂ ਵੱਖ ਬਣੇ। ਇੱਕ ਵਾਰ ਮੈਂ ਚਾਹਾਂਗਾ ਕਿ ਥੋੜ੍ਹਾ ਜਿਹਾ ਤੁਸੀਂ ਪਿਛੋਕੜ ਦੀ ਜਾਣਕਾਰੀ ਦਿਓ ਵੀ ਕਦੋਂ ਕਰਤਾਰ ਰਮਲਾ ਪੰਜਾਬੀ ਗਾਇਕੀ ਦੇ ਖੇਤਰ ਦੇ ਵਿੱਚ ਆਇਆ, ਥੋੜ੍ਹੀ ਬਰੀਫ ਦੇ ਵਿੱਚ। ਹਾਂਜੀ ਹਾਂਜੀ, ਮੈਂ ਦਰਅਸਲ ਗੱਲ ਇਹ ਨਿੱਜਰ ਸਾਹਿਬ, ਮੈਂ 77 ਦੇ ਵਿੱਚ ਆਪਣਾ ਰਿਕਾਰਡ ਹੋਇਆ ਸੀ। ਉਦੋਂ ਪਹਿਲਾਂ ਜਿੰਨੀ ਮਿਹਨਤ ਕੀਤੀ ਹੈ ਜਾਂ ਸੰਘਰਸ਼ ਕੀਤਾ, ਚਲੋ ਉਹ ਆਪਾਂ ਵਿੱਚ ਟਾਈਮ ਨਹੀਂ ਗਿਣਦੇ, ਲੇਕਿਨ 77 ਦੇ ਵਿੱਚ ਰਿਕਾਰਡ ਕਰਵਾਇਆ ਸੀ ਔਰ ਉਸ ਤੋਂ ਬਾਅਦ 78 ਦੇ ਸਟਾਰਟ 'ਚ ਹੀ ਉਹ ਰਿਲੀਜ਼ ਹੋਇਆ ਸੀ। ਉਹ ਕੁਦਰਤੀ ਸਾਡੇ ਸਰੋਤਿਆਂ ਨੇ ਐਸੀ ਕਰਮਨਬਾਜ਼ੀ ਮੇਰੇ 'ਤੇ ਕੀਤੀ, ਬਾਬਾ ਫਰੀਦ ਸਾਹਿਬ ਦੀ ਬਖਸ਼ਿਸ਼ ਐਡੀ ਵੱਡੀ ਹੋਈ ਕਿ ਉਹ ਪਹਿਲੇ ਰਿਕਾਰਡ ਨੇ ਇੰਨੀ ਰੇਸ ਫੜੀ ਕਿ ਉਸ ਤੋਂ ਬਾਅਦ ਫਿਰ ਚੱਕਾ ਜਿਹੜਾ ਨਾ ਰੇਸ ਵਾਲਾ ਲੱਤਾ ਨਹੀਂ ਥੱਲੇ, ਬਸ ਫਿਰ ਚੱਲਦਾ ਗਿਆ ਜੀ। ਰਮਲਾ ਸਾਹਿਬ, ਬਹੁਤ ਜ਼ਿਆਦਾ ਗੀਤ ਤੁਸੀਂ ਮਿਰਜ਼ੇ ਸੰਗੋਵਾਲੀਏ ਦੇ ਗਾਏ, ਇਹਦਾ ਕੋਈ ਖਾਸ ਕਾਰਨ ਸੀ ਜਾਂ ਤੁਹਾਨੂੰ ਵੈਸੇ ਹੀ ਉਹਨਾਂ ਦੀ ਸ਼ਾਇਰੀ ਚੰਗੀ ਲੱਗਦੀ? ਗੱਲ ਪਤਾ ਕੀ ਹੈ ਜੀ, ਸ਼ਾਇਰੀ ਤਾਂ ਚਲੋ ਸ਼ਾਇਰ ਤਾਂ ਮਾੜਾ ਹੀ ਨਹੀਂ ਹੁੰਦਾ, ਉਹਨੇ ਕਲਚਰ ਨੂੰ ਦੇਖ ਕੇ ਲਿਖਿਆ, ਪਰ ਐਸੀ ਗੱਲ ਵੀ ਨਹੀਂ। ਮੈਂ ਮਿਰਜ਼ਾ ਸੰਗੋਲੀਆ ਸਾਹਿਬ ਦੇ ਵੀ ਗੀਤ ਗਾਏ ਆ ਅਤੇ ਮੈਂ ਕਰਮ ਭੱਟੀ ਜੀ ਦੇ ਗੀਤ ਵੀ ਗਾਏ ਆ। ਬਿੰਦਰ ਰਟੌਲਾਂ ਵਾਲਾ ਸੀ, ਖੂਬਸੂਰਤ ਉਹਦਾ ਗੀਤ ਸੀ ਬੜਾ, ਲੋਕਾਂ ਨੇ ਕੈਨੇਡਾ ਦੇ ਵਿੱਚ ਧਰਤੀ 'ਤੇ ਬਹੁਤ ਪਸੰਦ ਕੀਤਾ, ਆਪਣੇ ਪੰਜਾਬੀਆਂ ਨੇ ਬੜਾ ਕੀਤਾ। ਫੜੀ ਬੇਬੇ ਟੁੱਕ ਮੁੰਡਾ ਦੇਖ ਲੈਣ ਦੇ ਟੇਪ ਵੱਜਦੀ ਫੁੱਟ 'ਤੇ ਆਵੇ, ਅਤੇ ਉਹ ਇੱਦਾਂ ਦੇ ਮੇਰੇ ਕੁਝ ਚੁਣਵੇਂ ਜਿਹੇ ਸ਼ਾਇਰ ਅੱਛੇ ਸੀ ਜਿਨ੍ਹਾਂ ਦੇ ਗੀਤ ਮੈਂ ਕਿਸੇ ਨੂੰ ਨਿੱਜਰ ਸਾਹਿਬ ਬਹੁਤ ਹੀ ਇਸ ਗੱਲ ਦੀ ਵੱਡੇ ਛੋਟੇ ਦੀ ਪਹਿਲ ਨਹੀਂ ਦਿੱਤੀ ਜਾਂ ਗਰੀਬੀ ਮੇਰੀ ਨੂੰ ਮੁੱਖ ਨਹੀਂ ਰੱਖਿਆ, ਜਿਹਦਾ ਵੀ ਗੀਤ ਚੰਗਾ ਸੀ ਚਾਹੇ ਉਹ ਕੋਈ ਵੀ ਹੈ ਮੈਂ ਉਹਦਾ ਗੀਤ ਹੀ ਗਾਇਆ। ਫਿਰ ਮੈਂ ਨਿੱਜਰ ਸਾਹਿਬ ਕਦੇ ਉਹਨੂੰ ਇਹ ਡਿਮਾਂਡ ਨਹੀਂ ਸੀ ਕੀਤੀ ਵੀ ਉੱਥੇ ਸਟੂਡੀਓ 'ਚ ਪੈਸੇ ਦੇਣੇ ਆ, ਸ਼ੂਟਿੰਗ ਦੇ ਦੇਣੇ ਆ ਅਤੇ ਮਿਊਜ਼ਿਕ ਦੇ ਦੇਣੇ ਆ ਅਤੇ ਉਹ ਤੁਸੀਂ ਦੇ। ਮੈਂ ਅੱਜ ਤਾਈਂ ਕਿਸੇ ਤੋਂ ਚਾਹ ਦਾ ਕੱਪ ਨਹੀਂ ਪੀਤਾ, ਚਾਹ ਦਾ ਕੱਪ ਉਹ ਸਿਰਫ ਇੱਕ ਹੈ ਵੀ ਮੈਂ ਆਪਦੀ ਜਿਹੜੀ ਚੋਣ ਆ ਨਾ ਉਹਦੇ 'ਚ ਕੰਪਰੋਮਾਈਜ਼ ਨਹੀਂ ਕਰਦਾ ਕਿਸੇ ਨਾਲ ਵੀ, ਚਾਹੇ ਉਹ ਕਿਸੇ ਦਾ ਬੰਦਾ ਹੈ, ਚਾਹੇ ਵੱਡੇ ਦਾ ਹੈ, ਚਾਹੇ ਕੋਈ ਬਾਦਸ਼ਾਹ ਦਾ ਹੈ ਅਤੇ ਚਾਹੇ ਕੋਈ ਰੇੜੀ ਵਾਲਾ, ਮੈਂ ਕੰਪਰੋਮਾਈਜ਼ ਨਹੀਂ ਕਰਦਾ, ਇਸ ਆਪਦੀ ਚੋਣ 'ਚ ਨਹੀਂ ਕਰਦਾ। ਬਸ ਇਹਦਾ ਕਾਰਨ ਇਹ ਸੀ ਵੀ ਉਹ ਲੋਕਾਂ ਦੇ ਹਿੱਤ ਦੀਆਂ ਗੱਲਾਂ, ਲੋਕਾਂ ਦੇ ਪਿਆਰ ਮੁਹੱਬਤ ਦੀਆਂ ਗੱਲਾਂ, ਲੋਕਾਂ ਦੇ ਅੰਦਰੋਂ ਨਾੜ 'ਚੋਂ ਕੱਢ ਕੇ ਗੱਲ ਉਹ ਫਿਰ ਗਾਉਂਦੇ ਰਹੇ ਹਾਂ। ਫਿਰ ਕੋਈ ਵੀ ਨਿੱਜਰ ਸਾਹਿਬ ਕੋਈ ਮੈਂ ਬਹੁਤਾ ਵਿਅੰਗ 'ਚ ਗਾਇਆ, ਵਿਅੰਗਮੇ ਗੀਤਾਂ ਨੂੰ ਪਹਿਲ ਦਿੱਤੀ ਹੈ ਵੀ ਸਾਡੇ ਸਮਾਜ ਊਨਤਾਈਆਂ ਘਾਟਾਂ ਤਰੁੱਟੀਆਂ ਕਿਹੜੀਆਂ ਕਿਹੜੀਆਂ, ਸਾਡੀ ਪੰਜਾਬੀ ਨੂੰ ਮੇਲਾ ਕਰਨ ਵਾਲੀਆਂ ਕੌਣ ਕੌਣ ਤਰੁੱਟੀਆਂ ਵੀ ਉਹਨਾਂ ਨੂੰ ਦੂਰ ਕੀਤਾ ਜਾਏ ਅਤੇ ਅਸੀਂ ਲੀਡਰਾਂ ਨੂੰ ਖੁੱਲ੍ਹ ਕੇ ਗਾਈਆਂ ਅਤੇ ਚਾਹੇ ਉਹਨੂੰ ਲੋਕ ਅਸ਼ਲੀਲ ਗਿਣਦੇ ਰਹੇ ਪਰ ਉਹ ਅਸ਼ਲੀਲ ਨਹੀਂ ਸੀ, ਪਰਿਵਾਰਾਂ ਦੇ ਵਿੱਚ ਸੱਚਾਈਆਂ ਸੀ ਜਿਹੜੀਆਂ ਪਿਛੋਕੜ ਦੀਆਂ ਅਸੀਂ ਕਲਚਰ 'ਚ ਪੇਸ਼ ਕੀਤੀਆਂ ਗਾ ਕੇ। ਰਮਲਾ ਸਾਹਿਬ, ਜਿਵੇਂ ਹੁਣ ਇਹ ਗੱਲ ਚੱਲ ਪਈ, ਮੇਰਾ ਇਹ ਸਵਾਲ ਸੀ ਗਾਂਹ ਜਾ ਕੇ ਆਉਣਾ, ਜਿਵੇਂ ਕਿ ਉਹਨਾਂ ਗੀਤਾਂ ਨੂੰ ਲੋਕ ਅਸ਼ਲੀਲ ਗਿਣਦੇ ਸੀ ਉਸ ਵਕਤ ਦੇ ਵਿੱਚ, ਹਾਂਜੀ, ਮੈਂ ਕਹੂੰਗਾ ਜੀ ਕਿ ਬਹੁਤ ਸਾਰੇ ਜਿੱਦਾਂ ਬਈ ਆਪੇ ਹੀ ਬਣੇ ਪੱਤਰਕਾਰ ਜਾਂ ਥੋੜ੍ਹਾ ਬਹੁਤਾ ਜ਼ਿਆਦਾ ਪੜ੍ਹ ਗਏ ਬਹੁਤ ਉਸ ਲੈਵਲ ਦੇ ਪੱਤਰਕਾਰ, ਪਰ ਉਹ 20 ਸਾਲਾਂ ਬਾਅਦ ਹੁਣ ਉਹ ਕਹਿਣ ਲੱਗ ਪਏ ਜੀ ਕਿਆ ਕਲਚਰ ਹੈ, ਤੁਹਾਡੇ ਗੀਤ, ਸਦੀਕ ਸਾਹਿਬ ਦੇ ਗੀਤ, ਦਦਾਰ ਸੰਧੂ ਹੋਰਾਂ ਦੇ ਗੀਤ, ਚਮਕੀਲਾ ਸਾਹਿਬ ਦੇ ਬਹੁਤ ਸਾਰੇ ਗੀਤਾਂ ਨੂੰ ਕਹਿਣ ਲੱਗ ਪਏ ਕਿਆ ਕਲਚਰ ਜੀ। ਨਹੀਂ, ਕੋਈ ਵੀ ਗਾਇਕ ਸੀ ਉਹਨੇ ਮਾੜਾ ਨਹੀਂ ਗਾਇਆ, ਕਲਚਰ 'ਚ ਗਾਇਆ। ਜੀ ਜੀ, ਇਹ ਵੀ ਗੱਲ ਜ਼ਰੂਰ ਕਹਿਣੀ ਬਣਦੀ ਹੈ ਵੀ ਉਹ ਛੋਟੀ ਸੋਚ ਦੇ, ਸੁੰਗੜੀ ਸੋਚ ਦੇ ਮਾਲਕ ਸੀ, ਨੀਵੀਂ ਪੱਧਰ ਦੇ, ਜਿਨ੍ਹਾਂ ਨੇ ਇਹੀ ਸੋਚ ਕੇ ਆਪਦੇ ਕਲਚਰ ਨੂੰ ਭੈੜਾ ਗਿਣੇ ਗਏ। ਦੇਖੋ ਇੱਕ ਗੱਲ ਮੇਰੀ ਮੈਂ ਤੁਹਾਨੂੰ ਸਪਸ਼ਟੀਕਰਨ ਦੇਣ ਲੱਗਿਆ, ਬੜਾ ਖੂਬਸੂਰਤ ਵੀ ਤਰਕਸ਼ੀਲਾਂ ਦਾ ਕਿੰਨਾ ਕੁ ਮੁਹਾਜ ਰਿਹਾ, ਵੇਖੋ ਵੀ ਆਹ ਸਾਧ ਫਲਾਨਾ ਜੀ ਆਇਆ ਜੀ ਫਲਾਨਾ ਕਰਦੇ ਰਹਿਣਾ, ਤੁਸੀਂ ਹੈਰਾਨ ਮੰਨੋਗੇ ਵੀ ਮੈਂ ਜ਼ਿਆਦਾ ਆਰਟਿਸਟ ਬਣਿਆ, ਉਦੋਂ ਮੇਰੇ ਰਿਕਾਰਡ ਵੀ ਨਹੀਂ ਸੀ, ਮੈਂ ਇਹਨਾਂ ਸਾਧਾਂ ਦੇ ਉਲਟ ਗਾਇਆ, ਰੱਜ ਕੇ ਗਾਉਂਦਾ ਰਿਹਾ ਅਤੇ ਇਹ ਲੋਕ ਮੈਨੂੰ ਅਸ਼ਲੀਲ ਦੱਸਦੇ ਰਹੇ,
ਅਤੇ ਹੁਣ ਸਾਧਾਂ ਦੀਆਂ ਗੱਲਾਂ ਹੀ ਇਹ ਵੱਡੇ ਵੱਡਿਆਂ ਦੀਆਂ ਇਹਨਾਂ ਦੇ ਅੱਗੇ ਆਈਆਂ ਜਦੋਂ ਗਿੱਟਿਆਂ 'ਚ ਵੱਜਦੀਆਂ ਉਦੋਂ ਚੇਤਾ ਆਉਂਦਾ ਹੁਣ ਇਹ ਦੱਸਦੇ ਆ ਹੁਣ ਕੁਛ ਵੀ ਉਹ ਕਿੰਤੂ ਪਰੰਤੂ ਮੈਂ ਸੱਚ ਦੱਸਦਾ ਨਰੌਲ ਸੱਚ ਮੈਨੂੰ ਝੂਠ ਬੋਲਣ ਦੀ ਅਤੇ ਵਿਖਾਵੇ ਕਰਨ ਦੀ ਆਦਤ ਨਹੀਂ ਗੀਤਾਂ 'ਚ ਵੀ ਮੈਂ ਐਵੇਂ ਕਹਿੰਦਾ ਉਦੋਂ ਤਾਂ ਕਹਿੰਦੇ ਸੀ ਵੀ ਇਹ ਯਾਰ ਗਲਤ ਗਾਉਂਦਾ ਇਹ ਉਹ ਕਹਿੰਦੇ ਵੀ ਉਹ ਸੀ ਜਦੋਂ ਮੈਂ ਰਿਕਾਰਡ ਗਾਉਂਦਾ ਸੀ ਨਾ ਅਤੇ ਉਹ ਸਹੀ ਮਨਾਂ 'ਚ ਜਾਂ ਤਾਂ ਜਿਨ੍ਹਾਂ ਦੀ ਭਜਾ ਕੇ ਸਾਥ ਲੈ ਜਾਂਦਾ ਸੀ ਜਾਂ ਜਿਨ੍ਹਾਂ ਨਾਲ ਵਾਪਰਦੀ ਸੀ ਕਹਾਣੀ ਉਹ ਯਾਰ ਇਹਨੂੰ ਕਦੇ ਗਾਵੇ ਨਾ ਅਸ਼ਲੀਲ ਗਾਉਂਦਾ ਕਿਉਂਕਿ ਉਹਨੂੰ ਪਤਾ ਸੀ ਵੀ ਇਹਨੇ ਤਾਂ ਗਾ ਕੇ ਚਲੇ ਜਾਣਾ ਪਿੰਡ ਮੈਨੂੰ ਟਿੱਚਰਾਂ ਕਰੂਗਾ ਸਿਰਫ ਇਸ ਗੱਲੋਂ ਡਰਦੇ ਕਹਿੰਦੇ ਸੀ ਅੱਜ ਤੁਸੀਂ ਦੇਖ ਲਓ ਉਹਨਾਂ ਸਾਧਾਂ ਦੇ ਕਿੰਨੇ ਕਿੰਨੇ ਕੇਸ ਗਲਤ ਤਰੀਕੇ ਦੇ ਚੱਲਦੇ ਇਹ ਮੈਂ ਜੇ ਕੋਈ ਝੂਠ ਬੋਲਿਆ ਤਾਂ ਅੱਜ ਲੁਕਾਈ ਦੱਸ ਸਕਦੀ ਵੀ ਕਰਤਾਰ ਵਾਲੇ ਨੇ ਅਸ਼ਲੀਲ ਕੀ ਗਾਇਆ ਸੀ ਫਿਰ ਅੱਜ ਉਹਨਾਂ ਸੰਤਾਂ ਨੂੰ ਮਾੜਾ ਕਿਉਂ ਕਹਿੰਦੇ ਜੇ ਇਹ ਚੰਗੇ ਸੀ ਤਾਂ ਜੀ ਅਤੇ ਮੈਂ ਉਦੋਂ ਚੰਗਾ ਕਹਿੰਦਾ ਰਿਹਾ ਜਦੋਂ ਮੈਂ ਛੋਟੀ ਉਮਰ ਤੋਂ ਹੀ ਲੱਗਿਆ ਗਾਉਣ ਬਾਕੀ ਰਮਲਾ ਸਾਹਿਬ ਜਿਵੇਂ ਕਿ ਤੁਸੀਂ ਸਟੇਜਾਂ 'ਤੇ ਗਾਉਂਦੇ ਹੋ ਜੀ ਸਰ ਗੀਤ ਤਾਂ ਅਗਰ ਤੁਸੀਂ ਵੈਸੇ ਇਕੱਲਾ ਗੀਤ ਹੀ ਸੁਣਨਾ ਹੋਵੇ ਤਾਂ ਰਿਕਾਰਡਿੰਗ ਬਹੁਤ ਵਧੀਆ ਹੂਜਾ ਸਾਹਿਬ ਨੇ ਕੀਤੀ ਤੁਹਾਡੇ ਗੀਤ ਤੁਸੀਂ ਸੁਣ ਸਕਦੇ ਹਾਂ ਪਰ ਜੋ ਤੁਸੀਂ ਲਾਈਵ ਪਰਫੋਰਮ ਕਰਦੇ ਹਾਂ ਉਹਦੇ ਨਾਲ ਥੋੜ੍ਹੇ ਬਹੁਤੇ ਕੋਮੇਡੀ ਦੇ ਟੱਚ ਦਿੰਦੇ ਹਾਂ ਇਹ ਮਹਾਰਤ ਪੰਜਾਬ ਦੇ ਥੋੜ੍ਹੇ ਹੀ ਕਲਾਕਾਰਾਂ ਨੂੰ ਹੈਗੀ ਆ ਬਾਕੀ ਤਾਂ ਸਭ ਜਿੱਦਾਂ ਬਈ ਕਹਿ ਲਓ ਬਈ ਸਿੱਧਾ ਗਾ ਕੇ ਜਾਂ ਟੋਲਟਾ ਲਿਜਾ ਕੇ ਚਲੇ ਜਾਂਦੇ ਇਹ ਇਹਦੇ ਬਾਰੇ ਦੱਸੋ ਜੀ ਇਹ ਕੋਈ ਸਪੈਸ਼ਲ ਇਹਦੀ ਟ੍ਰੇਨਿੰਗ ਹੁੰਦੀ ਆ ਬਈ ਕਿਵੇਂ ਸਰੋਤੇ ਨੂੰ ਜੀਣਾ ਇਹ ਗੱਲ ਤਾਂ ਜਾਂ ਤਾਂ ਇਹ ਕਹਿ ਲਓ ਵੀ ਇਹਨਾਂ 'ਚ ਅਸੀਂ ਵਾਈ ਬਣ ਗਾਉਣ ਵਾਲੇ ਹਾਂ ਵੀ ਇਹਨਾਂ ਗੱਲਾਂ 'ਚ ਪੇਂਡੂ ਸੱਭਿਅਤਾ 'ਚ ਵਿਚਰੇ ਹਾਂ ਖੇਡੇ ਹਾਂ ਉਹਨਾਂ 'ਚ ਮਿੱਟੀ 'ਚ ਰੁਲੇ ਹਾਂ ਤਾਂ ਕਰਕੇ ਸਾਨੂੰ ਉਸ ਬੋਲੀ ਦਾ ਪਤਾ ਅੱਜ ਕੱਲ੍ਹ ਤਾਂ ਭਾਅ ਜੀ ਔਰ ਲੇਕਿਨ ਹੈ ਇਹਦੇ 'ਚ ਰੁੱਝੇ ਪਏ ਆ ਸਾਡੇ ਕਲਚਰ ਦੇ ਤਾਂ ਜਿੰਨੇ ਮੁਹਾਵਰੇ ਹੈ ਨਾ ਇਹਨਾਂ ਨੂੰ ਮੁਹਾਵਰਾ ਆਉਂਦਾ ਨਾ ਇਹਨਾਂ ਨੂੰ ਸ਼ੁੱਧ ਬੋਲੀ ਆਉਂਦੀ ਹੈ ਜਮਾਂ ਹੀ ਬੋਲਦੇ ਇਹ ਤਾਂ ਹੋਰ ਗੱਲਾਂ 'ਚ ਰੁੱਝੇ ਆ ਇਹ ਤਾਂ ਪਸਤੌਲਾਂ 'ਚ ਮੈਂ ਤੈਨੂੰ ਮਾਰ ਦੂੰਗਾ ਮੈਂ ਐਂ ਕਰ ਦੂੰ ਮੈਂ ਚੱਕ ਕੇ ਲੈ ਜਾਊਂ ਫਲਾਣੇ ਨੂੰ ਉਹਨੂੰ ਛੱਡ ਆਊਂਗਾ ਉਹਨੂੰ ਲੈ ਆਊਂਗਾ ਇਹ ਜੇ ਗੱਲਾਂ 'ਚ ਰੁੱਝੇ ਆ ਇਹ ਦੌਰ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰਦੇ ਥੋੜ੍ਹੀ ਜਿਹਾ ਮੇਰੀ ਹੋਰ ਗੱਲ ਸੁਣਿਓ ਕਿਉਂਕਿ ਅੱਜ ਆਪ ਵੈਸੇ ਵਿਚਾਰ ਹੀ ਹੋ ਰਹੇ ਨਹੀਂ ਬੜੀ ਵੱਡੀ ਗੱਲ ਨਹੀਂ ਆਪਾਂ ਕਹਿੰਦੇ ਹਾਂ ਨਹੀਂ ਚੰਗੀ ਗੱਲ ਹੈ ਮੇਰੀ ਸੋਚ 'ਚ ਵਾਧਾ ਕਰ ਰਹੇ ਹੋ ਤੁਸੀਂ ਮਿਹਰਬਾਨੀ ਜੀ ਜਿਵੇਂ ਕਿ ਨਾ ਜਦੋਂ ਤੁਸੀਂ ਸਿੱਖਦੇ ਸੀ ਹੁਣ ਆਪਾਂ ਉਸ ਡਿਟੇਲ ਦੇ ਵਿੱਚ ਨਹੀਂ ਜਾਣਾ ਬੜੀਆਂ ਔਖੀ ਸਿੱਖਿਆ ਤੁਸੀਂ ਲਈ ਆ ਉਸਤਾਦਾਂ ਦੇ ਚਰਨਾਂ 'ਚ ਬਹਿ ਕੇ ਜਾਂ ਹੋਰ ਪੂਰੇ ਰਾਗ ਵਿੱਦਿਆ ਵੀ ਆਪਣੀ ਸਿੱਖੀ ਆ ਜਦ ਤੁਸੀਂ ਅੱਜ ਦੇ ਦੌਰ ਦੇ ਵਿੱਚ ਗਾਇਕ ਗਾਉਂਦੇ ਦੇਖਦੇ ਹੈ ਨਾ ਵੀ ਕਿੱਦਾਂ ਦਾ ਤੁਹਾਨੂੰ ਲੱਗਦਾ ਵੀ ਤੜਫ ਜੀ ਉੱਠਦੀ ਕਿ ਨਹੀਂ ਮਨ ਦੇ ਵਿੱਚ ਬਈ ਯਾਰ ਆਹ ਕੀ ਹੋ ਗਿਆ ਸੀ ਇੱਦਾਂ ਦੀ ਗਾਇਕੀ ਥੋੜ੍ਹੋ ਕੀਤੀ ਆ ਨਹੀਂ ਗੱਲ ਪਤਾ ਕੀ ਹੈ ਜੀ ਇਹਦਾ ਤਾਂ ਇਹ ਕਹਿਣਾ ਬਣਦਾ ਹੈ ਵੀ ਅਸੀਂ ਕੋਸ਼ਿਸ਼ ਕੀਤੀ ਸੀ ਆਪਦੇ ਕਲਚਰ ਦੀ ਜੀ ਇੱਥੇ ਹੁਣ ਅੱਗੇ ਜ਼ਿਆਦਾ ਛੇਤੀ ਆਉਣ ਦਾ ਕਾਰਨ ਸਿਰਫ ਸੱਭਿਆਚਾਰ ਦੇ ਵਿੱਚ ਜਿਹੜਾ ਪੱਛਮੀ ਸੰਗੀਤ ਵੜਿਆ ਨਾ ਇਹਦੇ ਕਰਕੇ ਹੈ ਸਾਨੂੰ ਆਪਦੀਆਂ ਅੱਜ ਵੀ ਪੇਂਡੂ ਸ਼ੈਲੀ ਪੇਂਡੂ ਗੱਲਾਂ ਪੇਂਡੂ ਰਿਸ਼ਤੇ ਪੇਂਡੂ ਸੱਭਿਆ ਜਿੰਨਾ ਵੀ ਉਹ ਮਤਲਬ ਉਹ ਮੁਹਾਵਰੇ ਆ ਅਸੀਂ ਉਹਨਾਂ ਨੂੰ ਯੂਜ਼ ਕਰਦੇ ਹਾਂ ਇਸ ਕਰਕੇ ਉਹਦੇ ਵਿੱਚ ਹੀ ਰਹਿੰਦੇ ਹਾਂ ਕਦੀ ਭਾਸ਼ਾ ਵਿਭਾਗ ਵਾਲਿਆਂ ਨੂੰ ਵੀ ਤੁਹਾਡੀ ਯਾਦ ਆਈ ਹੈ ਕਿਉਂਕਿ ਉਹ ਵੀ ਮਾਨ ਸਨਮਾਨ ਦਿੰਦੇ ਆ ਕਦੀ ਕੀਤਾ ਚੇਤੇ ਨਹੀਂ ਤੁਹਾਨੂੰ ਜਾਂ ਉਹਨਾਂ ਨੂੰ ਪਤਾ ਹੀ ਨਹੀਂ ਇਸ ਗੱਲ ਅਸਲੀਅਤ ਪਤਾ ਜੀ ਮੈਂ ਉਹਨਾਂ ਨੂੰ ਦੋਸ਼ੀ ਨਹੀਂ ਠਹਿਰਾਉਂਦਾ ਹਾਲਾਂਕਿ ਜਿਹੜਾ ਧਰਮ ਕਮਿਆਣ ਹੈ ਜੀ ਜੀ ਮੇਰਾ ਮਿੱਤਰ ਹੈ ਅਤੇ ਭਾਸ਼ਾ ਵਿਭਾਗ ਦੇ ਵਿੱਚ ਇਸ ਵੇਲੇ ਅਸਿਸਟੈਂਟ ਡਾਇਰੈਕਟਰ ਆ ਉਹ ਪਰ ਉਹ ਮੈਂ ਉਹਨਾਂ ਨੂੰ ਸਨਮਾਨ ਨੂੰ ਜਿਵੇਂ ਹੁਣ ਇੱਕ ਗੱਲ ਬਹੁਤ ਖੂਬਸੂਰਤ ਕਰ ਰਿਹਾ ਇਹ ਆਪਾਂ ਨੂੰ ਸਾਰਿਆਂ ਦੇ ਸਾਹਮਣੇ ਟਰਾਫੀ ਦੇ ਦਿੰਦੇ ਆਪਾਂ ਨੂੰ ਸ਼ੀਲਡ ਦੇ ਦਿੰਦੇ ਕਈ ਵਾਰ ਕੱਪ ਵੀ ਦੇ ਦਿੰਦੇ ਆ ਛੋਟੇ ਛੋਟੇ ਬਣਾ ਕੇ ਸਨਮਾਨ ਅਚੀਵ ਉਹ ਮੂਮੈਂਟ ਵੀ ਦੇ ਦਿੰਦੇ ਆ ਜਿਵੇਂ ਕੋਈ ਸਰਟੀਫਿਕੇਟ ਦਿੰਦੇ ਪਰ ਇਹਨਾਂ ਦੀ ਕੀਮਤ ਕੁਛ ਮੈਂ ਕਮਜ਼ੋਰ ਸਮਝਦਾ ਮੈਂ ਪ੍ਰੈਜੈਂਟ ਕੀਮਤ ਉਹਦੀ ਸਮਝਦਾ ਵੀ 10,000 ਸਰੋਤਾ 15,000 ਸਰੋਤਾ ਜਿਵੇਂ ਹੁਣ ਇੱਥੇ ਮਤਲਬ ਆਪਣੇ ਐਕਸਪੋਰਟ 'ਚ ਬੈਠੇ ਸੀ ਸਵਾਦ ਤਾਂ ਇਹ ਕੱਪਦਾ ਹੈ ਜਿਹੜਾ ਸਾਨੂੰ ਪ੍ਰੈਜੈਂਟ ਉਸ ਸਮੇਂ ਮਿਲਦਾ ਜਦ ਸਰੋਤੇ ਆਸ਼ਿਸ਼ ਕਰਦੇ ਤਾਂ ਸਾਡਾ ਤਾਂ ਰੋਜ਼ ਦਾ ਜਿਹੜਾ ਇਹ ਹੈ ਨਾ ਸਾਨੂੰ ਕੱਪ ਮਿਲਦਾ ਅਸੀਂ ਉਸ ਗੱਲ ਹੋ ਜਾਂਦੇ ਨਹੀਂ ਵੀ ਜੇ ਸਨਮਾਨ ਪੱਤਰ ਇੱਕ ਦਿਨ ਹੋਵੇ ਫਰਜ਼ ਕਰੋ ਕੋਈ ਲੋਕ ਇਹ ਤਾਂ ਕਹਿੰਦੇ ਵੀ ਇਹਨੂੰ ਗੋਲਡ ਮੈਡਲ ਨਾਲ ਜੀ ਕਰ ਰਹੇ ਆ ਸਨਮਾਨਿਤ ਅਤੇ ਉਹਦੀ ਗਾਇਕੀ ਨੂੰ ਜਦੋਂ ਗਾਉਣ ਲੱਗੇ ਉਦੋਂ ਹੂਟਿੰਗ ਹੋਵੇ ਜਾਂ ਡਲੇ ਪੈਣ ਅਤੇ ਉਹਨੂੰ ਉਹ ਗੋਲਡ ਮੈਡਲ ਨੂੰ ਕੀ ਕਰਨਾ ਹੈ ਸਾਡਾ ਅਸਲ ਗੋਲਡ ਮੈਡਲ ਸਾਡੇ ਸਰੋਤੇ ਆ ਪਰਮਾਤਮਾ ਵਰਗੇ ਜਿਹੜੇ ਸਾਨੂੰ ਰੋਜ਼ ਹੀ ਗੱਲ 'ਚ ਪਾ ਦਿੰਦੇ ਸਾਨੂੰ ਉਹ ਗੋਲਡ ਮੈਡਲ ਦੀ ਲੋੜ ਹੈ ਜੀ ਰਮਲਾ ਸਾਹਿਬ ਜਦੋਂ ਅਸੀਂ ਅਡਾਰੂ ਹੋਏ ਹਾਂ ਨਾ ਜਾਂ ਜਵਾਨ ਹੋਏ ਜਦੋਂ ਸੁਣਨ ਲੱਗੇ ਗੀਤ ਜੀ ਉਸ ਵਕਤ ਜਨਾਬ ਹੰਸਰਾਜ ਹੰਸ ਸਰਦੂਲ ਸਿਕੰਦਰ ਹੋਰਾਂ ਦਾ ਪੂਰਾ ਜ਼ੋਰ ਸੀ ਪੰਜਾਬੀ ਗਾਇਕੀ ਦੇ ਖੇਤਰ ਦੇ ਵਿੱਚ ਔਰ ਅੱਜ ਵੀ ਬੜਾ ਪਿਆਰਾ ਉਹਨਾਂ ਨੇ ਗਾਇਆ ਕੋਈ ਐਸੀ ਗੱਲ ਨਹੀਂ ਕੋਈ ਸ਼ੱਕ ਨਹੀਂ ਜੀ ਜਦੋਂ ਇੱਕ ਵਾਰ ਬੰਦੇ ਆ ਜੀ ਜੀ ਜਦੋਂ ਉਹਨਾਂ ਦੇ ਵੇਲੇ ਹੈ ਨਾ ਅਸੀਂ ਕੈਸੇਟ ਵਗੈਰਾ ਜਾਂ ਸੀ ਡੀ ਖਰੀਦਦੇ ਸੀਗੇ ਇੱਕ ਵਾਰ ਮੈਨੂੰ ਕਿਸੇ ਸੱਜਣ ਨਾਲ ਮਿਲਣ ਦਾ ਮੌਕਾ ਮਿਲਿਆ ਗੱਲ ਕਰ ਰਹੇ ਸੀ ਗਾਇਕੀ ਦੀ ਵੀ ਕਿਆ ਆਵਾਜ਼ ਆ ਜਗਮੋਹਨ ਕੌਰ ਜੀ ਕਿਹਾ ਸ਼ੇਰ ਬੋਲਦੇ ਸੀ ਇੱਦਾਂ ਪੁਰਾਣੇ ਗਾਇਕਾਂ ਦੀ ਮਾਨਕ ਸਾਹਿਬ ਦੀ ਹੈ ਨਾ
ਉਹਨਾਂ ਨੇ ਮੈਨੂੰ ਕਿਹਾ ਵੀ ਕਦੀ ਰਮਲੇ ਦਾ ਸ਼ੇਰ ਸੁਣਿਆ ਤੁਸੀਂ? ਮੈਨੂੰ ਉਹਨਾਂ ਨੇ ਕਿਹਾ ਨਾ, ਅਤੇ ਮੈਂ ਹੋਰ ਕਿਸੇ ਮਿੱਤਰਾਂ ਨਾਲ ਗੱਲ ਕੀਤੀ, ਮੈਂ ਕਿਹਾ ਜੀ ਮੈਂ ਗੀਤ ਤਾਂ ਸੁਣਿਆ ਵੀ ਸ਼ੇਰ ਦੀ ਐਡੀ ਖਾਸੀਅਤ ਕੀ ਆ ਉਸ ਦੌਰ ਦੇ ਵਿੱਚ, ਪਰ ਜਦੋਂ ਮੈਂ ਤੁਹਾਡੀ ਸਟੱਡੀ ਕੀਤੀ, ਤੁਹਾਡੇ ਗੀਤ ਹੋਰ ਵੀ ਸੁਣੇ, ਅਤੇ ਜਿਹੜੀ ਸ਼ੇਰ ਬੋਲਣ ਦੀ ਖਾਸੀਅਤ ਤੁਹਾਡੀ ਮਹਾਰ ਸੀ, ਇੱਕ ਤੋਂ ਮਤਲਬ ਜ਼ਿਆਦਾ ਮਸ਼ਹੂਰ ਹੋ ਗਏ ਵੀ ਰਮਲੇ ਵਰਗਾ ਸ਼ੇਰ ਹੁਣ ਪੰਜਾਬ ਦੇ ਵਿੱਚ ਬਹੁਤ ਟਾਵਾਂ ਟਾਵਾਂ ਬੋਲਦਾ ਜਾਂ ਕੋਈ ਨਹੀਂ ਬੋਲ ਸਕਦਾ, ਕਈ ਤੁਹਾਡੇ ਫੈਨ ਅਜਿਹਾ ਵੀ ਕਹਿੰਦੇ ਸੀ, ਇਹਦੀ ਖਾਸ ਮਹਾਰਤ ਕਿਸ ਤਰ੍ਹਾਂ ਕਿਸ ਤਰ੍ਹਾਂ ਪਕੜ ਬਣੀ ਇਹਦੀ? ਦਰਅਸਲ ਜੀ ਇਹ ਅਸਲੀਅਤ ਤਾਂ ਇਹ ਹੈ ਵੀ ਮੈਂ ਵੀ ਜਦੋਂ ਕੋਈ 12-13 ਸਾਲ ਦਾ ਸੀ ਨਾ ਜੀ, ਉਦੋਂ ਢਾਡੀਆਂ ਨੂੰ, ਉਦੋਂ ਜਨਾਬ ਕੀੜੇ ਖਾਨ ਸਾਹਿਬ ਦਿਲਸ਼ਾਦ ਦਾ ਫਾਦਰ ਸਾਹਿਬ ਜੀ, ਉਹਨਾਂ ਨੂੰ ਬਹੁਤ ਸੁਣਿਆ ਕਰਦਾ ਸੀ। ਫਿਰ ਮਤਲਬ ਬਹੁਤ ਖੂਬਸੂਰਤ ਉਦੋਂ ਸੀ ਤਾਂ ਉਹਨਾਂ ਨੂੰ ਨੱਚਣ ਵਾਲੇ ਕਹਿੰਦੇ ਨਚਾਰ, ਪਰ ਕੁਛ ਵਿੱਦਿਆ ਨਾਲ ਗਾਉਂਦੇ ਸੀ ਉਹ। ਉਹ ਜਦੋਂ ਸ਼ੇਰ ਗਾਉਂਦੇ ਸੀ ਨਾ, ਉਹ ਸ਼ੇਰ ਦੀ ਉਸੇ ਤਰ੍ਹਾਂ ਰਾਗਬੱਧ ਕਰਕੇ ਔਰ ਬੜੇ ਸਟਾਈਲ ਨਾਲ ਉਸੇ ਸਵਰ ਵਿੱਚ ਵੀ ਇੱਥੋਂ ਵੀ ਕਾਲਾ ਵਜਾ, ਇੱਥੋਂ ਚਿੱਟਾ ਵਜਾ, ਇੰਨੇ ਸੁਰ ਤੋਂ ਵੀ ਪੰਜਵਾਂ ਕਾਲਾ ਵਜਾ ਲਾ ਯਾਰ, ਇੱਦਾਂ ਕਰਕੇ ਅਤੇ ਆਹ ਰਾਗ ਵਜਾਈ, ਉਹ ਦੱਸ ਕੇ ਗਾਉਂਦੇ ਸੀ। ਕੁਛ ਤਾਂ ਮੈਂ ਉਹਨਾਂ ਨੂੰ ਸੁਣਦਾ ਰਿਹਾ, ਕੁਛ ਮੇਰੇ ਫਾਦਰ ਸਾਹਿਬ ਆਪ ਘਰੋਂ ਬਹੁਤ ਹੀ ਸਿਆਣੇ ਸੀ, ਹਾਲਾਂਕਿ ਉਹ ਕਿਸਾਨ ਸੀ, ਪ੍ਰੋਫੈਸ਼ਨਲ ਆਰਟਿਸਟ ਨਹੀਂ ਸੀ, ਇੱਕ ਤਾਰਾ ਉਹਨਾਂ ਜਿੰਨਾ ਕੋਈ ਵਧੀਆ ਵਜਾਉਂਦਾ ਹੀ ਨਹੀਂ ਸੀ। ਦੇਖ ਲਓ ਮੈਂ ਘਰੋਂ ਸਿੱਖਿਆ ਸਾਰਾ ਕੁਛ, ਮੈਂ ਰਾਗ ਵਿੱਦਿਆ ਜੋ ਸਿੱਖਿਆ ਆਪਣੇ ਫਾਦਰ ਸਾਹਿਬ ਤੋਂ ਸਿੱਖਿਆ, ਕਿਸੇ ਤੋਂ ਨਹੀਂ। ਜਿਹੜਾ ਸ਼ੇਰ ਬਿਲਕੁਲ ਤੁਹਾਡੇ ਬਹੁਤ ਜ਼ਿਆਦਾ ਦਿਲ ਦੇ ਨੇੜੇ ਹੈ ਨਾ, ਜਿਹੜਾ ਆਹ ਮੁਹਾਰੇ ਜੇ ਤੁਸੀਂ ਕਿਤੇ ਚਾਹੋ ਵੀ ਨਾ ਨਾ ਵੀ ਬਹੁਤ ਵਾਰੀ ਮੈਂ ਬੋਲਿਆ ਸ਼ੇਰ ਹੁਣ ਮੈਂ ਸੁਣਾਉਣਾ ਨਹੀਂ, ਫਿਰ ਤੁਹਾਡਾ ਸੁਣਾਉਣ ਨੂੰ ਜੀ ਕਰਿਆ ਵੀ ਉਹ ਕਿਹੜਾ ਆ ਜੀ, ਜੇ ਉਹਦੇ ਦੋ ਬੋਲ ਗਲਤ ਪਤਾ ਕੀ ਹੈ ਜੀ। ਚਲੋ ਉਹ ਤਾਂ ਇੱਕ ਪਿਓ ਨੂੰ ਆਪਦੇ ਸਾਰੇ ਬੱਚੇ ਪਿਆਰੇ ਹੁੰਦੇ, ਉਹਨੂੰ ਕੋਈ ਕਹਿ ਨਹੀਂ ਸਕਦਾ ਵੀ ਉਹ ਬੱਚੇ ਨੂੰ ਕਿਸੇ ਨੂੰ ਕਿਸੇ ਵੇਲੇ ਹੋ ਤਾਂ ਜਾਂਦਾ ਵੀ ਕੋਈ ਨਿਆਣਾ ਜ਼ਿਆਦਾ ਪਿਆਰਾ ਲੱਗਦਾ, ਪਰ ਫਿਰ ਵੀ ਉਹਨੂੰ ਬੱਚੇ ਤਾਂ ਪਿਆਰੇ ਹੀ ਹੁੰਦੇ ਜੀ। ਇਸ ਕਰਕੇ ਜੇ ਤੁਹਾਨੂੰ ਕੋਈ ਮਹਿਸੂਸ ਹੁੰਦਾ ਤਾਂ ਤੁਸੀਂ ਦੱਸ ਦਿਓ, ਮੈਂ ਉਹ ਸੁਣਾ ਦੂੰਗਾ। ਲੇਕਿਨ ਮੈਨੂੰ ਆ ਗਿਆ ਯਾਦ ਜੀ ਕਿ ਧਰਮ ਕੰਮਿਆਣੇ ਦੀ ਤੁਸੀਂ ਗੱਲ ਕੀਤੀ ਹੈ ਨਾ, ਉਹਨਾਂ ਦਾ ਲਿਖਿਆ ਗੀਤ ਮੈਂ ਬਹੁਤ ਵਾਰੀ ਉਹ ਸੁਣਿਆ। ਮੈਂ ਨਿਜਰ ਸਾਹਿਬ ਇਸ ਗੱਲ 'ਤੇ ਥੋੜ੍ਹਾ ਜਿਹਾ ਮੈਂ ਸਪਸ਼ਟੀਕਰਨ ਦੇਣ ਲੱਗਿਆ, ਜਿਹੜਾ ਗੀਤ ਆ ਨਾ, ਜਿੱਥੇ ਮੈਨੂੰ 40 ਸਾਲ ਦਾ ਮਤਲਬ ਅੱਗੇ ਆਉਣ ਦਾ ਮੌਕਾ ਮਿਲਿਆ, ਇਹ ਡਾਕਟਰ ਸੁਰਜੀਤ ਸਿੰਘ ਘੋਲੀਆ ਸਾਹਿਬ ਦੇ ਲਿਖਿਆ ਗੀਤ ਆ ਇਹ ਜੀ। ਜੀ ਸ਼ੇਰ ਤਾਂ ਸਿਰਫ ਧਰਮ ਕੰਮਿਆਣੇ ਦਾ ਇਕੱਲਾ ਸ਼ੇਰ ਹੀ ਬੋਲਿਆ ਸੀ, ਇਹ ਗੀਤ ਨਹੀਂ ਹੁੰਦਾ। ਅੱਛਾ ਜੀ। ਹਾਂਜੀ ਠੀਕ ਹੈ। ਅਤੇ ਵੈਸੇ ਕਾਬਲੀਅਤ ਜਿਹੜੀ ਧਰਮ ਦੀ ਵੀ ਬਹੁਤ ਵੱਡੀ ਹੈ, ਕਿਉਂਕਿ ਉਹਦੇ ਵੱਡੇ ਭਾਈ ਸਾਹਿਬ ਮੇਰੇ ਨਾਲ ਪੜ੍ਹਦੇ ਕਰਕੇ ਮੇਰੀ ਉਹਦੇ ਰਿਸ਼ਤੇਦਾਰੀ ਵਰਗਾ ਮਸਲਾ ਹੈ ਉਹਨਾਂ ਦੇ ਨਾਲ। ਠੀਕ ਹੈ। ਅਤੇ ਉਹ ਕਹਿਣ ਤੋਂ ਮਤਲਬ ਹੈ ਵੀ ਉਹ ਧਰਮ ਕੰਮਿਆਣੇ ਦੇ ਗੀਤ ਨਹੀਂ, ਉਹ ਗੀਤਾਂ ਹੈ ਡਾਕਟਰ ਸਾਹਿਬ ਦਾ, ਘੋਲੀਆ ਸਾਹਿਬ ਦਾ। ਦੇਖੋ ਉਹਨਾਂ ਗੀਤਾਂ ਦਾ 3 ਗੀਤ ਨੇ ਜਿਹਨੇ ਮੈਨੂੰ 40 ਸਾਲ ਦਾ ਸਫ਼ਰ ਕਰਾਇਆ। ਸਭ ਤੋਂ ਵੱਡਾ ਗੀਤ ਉਹ ਸੀ ਜਿਹੜਾ ਹਰ ਸਟੇਜ 'ਤੇ ਮੈਥੋਂ ਲੋਕ ਕਾਲਜ ਦੇ ਸਟੂਡੈਂਟ ਵੀ ਸੁਣਦੇ ਸੀ, ਇਹ ਜੋਬਨ ਵੇਖਿਆ ਮੁੱਕਦਾ ਨਹੀਂ ਹਾਣੀ ਦੀ ਨਿਗਾਹ ਪਵਾ ਛੱਡੀਏ। ਫਿਰ ਸੀਗਾ ਦੂਜਾ, ਉਹਨਾਂ ਨੇ ਇੱਕ ਜਿਹੜੇ ਗੀਤ ਲਿਖੇ, ਦੇਖੋ ਉਹਨਾਂ ਨੇ ਸਵਾਲੀਆ ਫਿਕਰੇ ਲਿਖੇ 3 ਗੀਤ, ਪਹਿਲਾ ਗੀਤ ਲਿਖਿਆ ਅਤੇ ਮੁਟਿਆਰ ਨੂੰ ਇੱਕ ਸੁਨੇਹਾ ਹੈ, ਇਹ ਜੋਬਨ ਵੇਖਿਆ ਮੁੱਕਦਾ ਨਹੀਂ, ਵੀ ਇਹ ਖੂਬਸੂਰਤੀ ਰੱਬ ਦੀ ਦਿੱਤੀ ਹੈ, ਵੀ ਇਹ ਦਾਤ ਹੈ ਵੀ ਜੇ ਤੂੰ ਖੂਬਸੂਰਤ ਲੱਗਦੀ ਹੈ ਜੇ ਕੋਈ ਤੇਰੀ ਤਾਰੀਫ ਕਰ ਲਓ ਤਾਂ ਤੇਰਾ ਕੀ ਘੱਟ ਜਾਣਾ, ਨੰਬਰ 1। ਫਿਰ ਜੇ ਉਹਨੇ ਗਿਲਾ ਵੀ ਕੀਤਾ ਮਿੱਤਰ ਨਾਲ ਵੀ ਤੂੰ ਮੇਰੇ ਨਾਲ ਬੋਲਦਾ ਨਹੀਂ, ਅਤੇ ਉਹਨੇ ਇਸ ਸ਼ਬਦਾਂ ਨਾਲ ਕੀਤਾ ਹੈ, ਸਵਾਲੀਆ ਫਿਕਰਾ ਕੀਤਾ ਹੈ, ਅੱਖ ਮਿਲੇ ਤਾਂ ਨੀਵੀਂ ਪਾਵੇਂ, ਤੀਰੇ ਮੱਥੇ ਵੱਟ ਚੜਾਵੇਂ, ਚੁੰਨੀ ਸਾਂਭੇ ਪਾਸਾ ਵੱਟੇ, ਰਾਹ ਜਾਂਦੀ ਰਾਹ ਉਲਟਾ ਜਾਵੇਂ, ਮਾਰ ਮਰੋੜਾ ਕੋਲ ਦੀ ਲੰਘੇ ਨੀ ਧਰਤੀ ਉੱਤੇ ਭਾਰ ਨਹੀਂ ਆਉਂਦਾ, ਇੱਕ ਵਾਰੀ ਤਾਂ ਖੜ ਕੇ ਦੱਸ ਜਾ ਕਿਉਂ ਮੱਖਣੇ ਤੈਨੂੰ ਪਿਆਰ ਨਹੀਂ ਆਉਂਦਾ। ਇਹ ਮੇਰੇ ਇਹਨਾਂ ਗੀਤਾਂ ਨਾਲ ਮੈਂ ਅੱਗੇ ਆਇਆ ਜੀ। ਫਿਰ ਉਹ ਜਿਹਦੇ 'ਚ ਧਰਮ ਕੰਮਿਆਣੇ ਦਾ, ਉਹ ਵੀ ਸਵਾਲੀਆ ਫਿਕਰਾ, ਸੱਚ ਕਹਾਂ ਤੇ ਮੈਨੂੰ ਡਰ ਕਾਹਦਾ, ਤੇਰਾ ਪਿਆਰ ਜਿਹਾ ਹੁੰਦਾ ਜਾਂਦਾ ਹੈ, ਇਹ ਕੰਮ ਮਤਲਬ ਦੇ ਮਿੱਤਰਾਂ ਦੇ ਇਤਬਾਰ ਜਿਹਾ ਹੁੰਦਾ ਜਾਂਦਾ ਹੈ, ਜੀ ਕਰਦਾ ਸਾਰੇ ਟੱਬਰ ਨੂੰ ਇੱਕ ਪਿੰਜਰੇ ਦੇ ਵਿੱਚ ਪਾ ਦੇਵਾਂ, ਹੁਣ ਮੱਲੋ ਮੱਲੀ ਤੁਹਾਡੇ 'ਤੇ ਅਧਿਕਾਰ ਜਿਹਾ ਹੁੰਦਾ ਜਾਂਦਾ ਹੈ, ਰਲ ਬੈਠੇ ਆਨੰਦ ਸਵਰੰਗਾਂ ਦੇ ਮੇਰੇ ਦਿਲ 'ਤੇ ਕਬਜ਼ਾ ਕਰ ਬੈਠੇ, ਸੋਚਾਂ ਦੇ ਭੈਣ ਭੁਲੇਖੇ ਜੇ ਖੁਮਾਰ ਜਿਹਾ ਹੁੰਦਾ ਜਾਂਦਾ ਹੈ, ਹਰ ਮਿਲਣੀ ਦਾ ਰੰਗ ਗੂੜਾ ਹੈ, ਹਰ ਤੱਕਣੀ ਲੜੀ ਪਿਆਰਾਂ ਦੀ, ਰਲ ਪਾਣੀ ਗੰਗਾ ਜਮਨਾ ਦਾ ਇਕਸਾਰ ਜਿਹਾ ਹੁੰਦਾ ਜਾਂਦਾ ਹੈ। ਇਹ ਇਹ ਇਹਨਾਂ ਸਰ ਸੱਚੇ ਨਿੱਜਰ ਸਾਹਿਬ ਤੁਸੀਂ ਖੁਦ ਬਹੁਤ ਕਲਮ ਦੇ ਧਨੀ ਹੋ ਅਤੇ ਖੁਦ ਸਾਹਿਤਕਾਰ ਹੋ, ਅਤੇ ਅਸਲੀਅਤ ਇਹ ਹੈ ਵੀ ਇਹਨਾਂ 3 ਗਾਣਿਆਂ ਨੇ ਮੇਰਾ 40 ਸਾਲ ਦਾ ਸਫ਼ਰ ਅਤੇ ਮੈਨੂੰ ਗਾਉਣ ਵਾਲਾ ਸਥਾਪਿਤ ਕੀਤਾ, ਬਾਕੀ 2 ਗਾਣੇ ਤਾਂ ਮੈਂ ਬਾਅਦ 'ਚ ਗਾਉਣ ਲੱਗਿਆ ਡੰਗ ਲਾਉਣ ਲਈ। ਮੇਰੀ ਸੋਚ ਜਿਹੜੀ ਸੀ ਅਸਲ ਇੱਥੇ ਖੜ੍ਹੀ ਸੀ, ਅਤੇ ਉਹਦੇ 'ਚ ਮੇਰੀ ਬਾਜੀ ਵੱਜੀ ਨਹੀਂ, ਫਿਰ ਜਦੋਂ 2 ਗਾਣੇ ਗਾਏ ਤਾਂ ਉਦੋਂ ਫਿਰ ਮੈਂ ਆਪਦਾ ਅਸਲੀ ਰੂਪ ਵੀ ਇਹ ਸੁਣਾਇਆ ਲੋਕਾਂ ਨੂੰ, ਆਹ ਗੱਲ ਸੀ। ਰਮਲਾ ਸਾਹਿਬ ਹੁਣ ਸਮਾਂ ਸਾਨੂੰ ਆਗਿਆ ਨਹੀਂ ਦੇ ਰਿਹਾ, ਗੱਲਾਂ ਬਹੁਤ ਹੈ, ਮੇਰੇ ਖਿਆਲ ਆਪਣੀਆਂ ਗੱਲਾਂ ਤਾਂ 5-6 ਦਿਨ ਨਹੀਂ ਮੁੱਕਣੀਆਂ, ਇੰਨਾ ਚਿਰ ਤੁਸੀਂ ਗਾਇਆ ਅਤੇ ਬਹੁਤ ਸਾਰੀਆਂ ਗੱਲਾਂ ਵੀ ਇਹਦੇ ਨਾਲ ਰਲਦੀਆਂ ਨੇ। ਹਾਂਜੀ। ਮੈਨੂੰ ਇਹ ਦੱਸੋ ਕਿ ਬਹੁਤ ਸਾਰੇ ਫੈਨਸ, ਇਹ ਆਪਣਾ ਅਖੀਰਲਾ ਸਵਾਲ ਆ,
ਬਹੁਤ ਸਾਰੇ ਫੈਨ ਤੁਹਾਡੇ ਕੈਨੇਡਾ ਦੇ ਵਿੱਚ ਨੇ, ਪਰ ਤੁਸੀਂ ਆਉਂਦੇ ਬੜੇ ਚਿਰ ਚਿਰ ਬਾਅਦ, ਇੰਨਾ ਚਿਰ ਕਿਉਂ ਲੱਗ ਗਿਆ ਐਤਕੀ? ਅਸਲੀਅਤ ਜੀ ਇੰਨਾ ਚਿਰ ਇਹਦਾ ਕਾਰਨ ਸੀਗਾ, ਜਿਹੜੇ ਕੋਈ ਬਹੁਤ ਨੀਵੀਂ ਸੋਚ ਦੇ ਮਾਲਕ ਹਨ, ਇਹ ਤਾਂ ਬਖਸ਼ਿਸ਼ ਇਹ ਮੈਂ ਵੱਜ ਕੇ ਕਹੂੰਗਾ ਵੀ ਸਭ ਤੋਂ ਵੱਧ ਤਾਂ ਜਿਹੜਾ ਹੁਣ ਵੀ ਮੇਰਾ ਵੀਜ਼ਾ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਉਹਨਾਂ ਨੇ ਕੋਈ ਕਸਰ ਨਹੀਂ ਛੱਡੀ, ਜਦਕਿ ਨੌਜਵਾਨਾਂ ਨੇ ਜਿਹਦੇ ਵਿੱਚ ਰਜਿੰਦਰ ਤੱਖਰ ਜੀ, ਰੂਮੀ ਸਾਹਿਬ, ਔਰ ਇਹਦੇ ਵਿੱਚ ਮਾਂਗਟ ਜੀ ਔਰ ਰਾਜੂ ਗਗੜਾ, ਹੈਪੀ ਗਿੱਲ ਸਾਹਿਬ, ਇਹ ਸਾਰੇ ਮੁੰਡੇ ਸੀ, ਉਹ ਜੱਤੀ ਸਾਹਿਬ ਦੇ ਜਮਾਂ ਬੱਚਿਆਂ ਵਰਗੇ ਸੀ ਐਮ ਪੀ ਸਾਹਿਬ ਦੇ, ਉਹਨਾਂ ਨੇ ਇਹਨਾਂ ਕੋਲ ਜਾ ਕੇ ਰਿਕੁਐਸਟ ਕੀਤੀ ਜੀ ਵੇਖ ਲਓ ਵੀ ਅਸੀਂ ਇਸ ਕਲਾਕਾਰ ਨੂੰ ਚਾਹੁੰਦੇ, ਅਤੇ ਵੀਜ਼ਾ ਨਹੀਂ ਲੈਣ ਦਿੰਦੇ, ਅਤੇ ਸਾਨੂੰ ਵੀਜ਼ਾ ਰੁਕਿਆ ਕਿਉਂ ਹੋਇਆ ਜਦਕਿ ਅਸੀਂ ਇੰਨਾ ਕੁਛ ਸਪਸ਼ਟੀਕਰਨ ਦਿੱਤਾ ਹੋਇਆ ਵੀ ਅਸੀਂ $2 million ਦਾ ਮਤਲਬ ਟੈਕਸ ਦੇ ਰਹੇ ਹਾਂ, ਔਰ ਸਾਡੇ ਈਮੇਲ ਜਿੰਨਾ ਕੋਈ ਕੁਛ 500 ਬੰਦਾ ਸਾਡੇ ਨਾਲ ਹੈ, ਅਸੀਂ ਉਹਨਾਂ ਨੂੰ ਬੁਲਾ ਰਹੇ ਹਾਂ, ਜਿਹੜਾ ਕੁਛ ਹੋਰ ਚਾਹੀਦਾ ਦੱਸੋ, ਉਹਨਾਂ ਨੇ ਕਾਗਜ਼ਾਤ ਪੂਰੇ ਦਿੱਤੇ, ਲੇਕਿਨ ਫਿਰ ਵੀ ਸਾਨੂੰ ਕੈਂਸਲ ਕਰਤਾ, ਉਹਦਾ ਫਿਰ ਜੱਤੀ ਸਾਹਿਬ ਦੀ ਮਿਹਰਬਾਨੀ ਸੀ ਜਿਨ੍ਹਾਂ ਨੇ ਆਪਦੇ ਦੋਵੇਂ ਪਰਮਿਟ ਦੇ ਕੇ ਸਾਨੂੰ ਫਿਰ ਉਹਨਾਂ ਨੌਜਵਾਨਾਂ ਦੀ ਖਾਹਿਸ਼ ਪੂਰੀ ਕੀਤੀ, ਔਰ ਸੰਗਤ ਦਾ ਜਿਹੜਾ ਪਿਆਰ ਸੀ ਉਹਨਾਂ ਨੇ, ਇਹ ਮੇਰੇ ਨਾਲੋਂ ਵੱਧ ਜੱਤੀ ਸਾਹਿਬ ਨੇ ਕਬੂਲਿਆ, ਮੇਰੇ ਨਾਲੋਂ ਵੱਧ ਉਹਨਾਂ ਦੀ ਮਿਹਰਬਾਨੀ, ਕਿਉਂਕਿ ਜੇ ਉਹ ਨਾ ਮੈਨੂੰ ਵੀਜ਼ਾ ਲੈ ਕੇ ਨਾ ਦਿੰਦੇ ਤਾਂ ਸਰੋਤਿਆਂ ਦੇ ਕਿੱਥੇ ਆ ਜਾਂਦਾ ਮੈਂ ਤਾਂ ਉੱਥੇ ਹੀ ਰਹਿਣਾ ਸੀ। ਬੜੀ ਮਿਹਰਬਾਨੀ ਰੌਲਾ ਸਾਹਿਬ ਤੁਹਾਡੀ, ਸਾਡੇ 'ਤੇ ਮਿਹਰਬਾਨੀ ਕਿ ਤੁਸੀਂ ਸਮਾਂ ਕੱਢ ਕੇ ਸਾਡੇ ਪ੍ਰੋਗਰਾਮ ਦੇ ਵਿੱਚ ਆਏ, ਸਾਡੇ ਦਰਸ਼ਕਾਂ ਨੇ ਜ਼ਰੂਰ ਗੱਲਾਂ ਬਾਤਾਂ ਆਨੰਦ ਮਾਣਿਆ ਹੋਵੇਗਾ, ਫਿਰ ਕਦੇ ਮੌਕਾ ਮਿਲੇ ਤਾਂ ਜ਼ਰੂਰ ਗੱਲਾਂ ਬਾਤਾਂ ਹੋਣਗੀਆਂ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ।